ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਜਿੰਦਰ ਸਹੋਤਾ ਅਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਆਪਣਾ ਫਰੈਂਡ ਚੈਨਲ ਦੇ ਸਾਹਿਤਕ ਸਫ਼ਰ 'ਤੇ। ਅਤੇ ਸਫ਼ਰ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਇੱਕ ਮਿੰਨੀ ਕਹਾਣੀ ਦੇ ਨਾਲ, ਜਿਸ ਨੂੰ ਲਿਖਿਆ ਹੈ ਹਰਪ੍ਰੀਤ ਜਵੰਦਾ ਹੋਣਾ ਨੇ ਔਰ ਇਸਦਾ ਨਾਮ ਹੈ ਗਲਵੱਕੜੀ। ਤੋਂ ਪੇਸ਼ੇ ਖਿਦਮਤ ਹੈ ਹਰਪ੍ਰੀਤ ਜਵੰਦਾ ਹੋਣਾ ਦੀ ਲਿਖੀ ਕਹਾਣੀ ਗਲਵੱਕੜੀ। ਪਹਿਲਾਂ ਮਿੱਥੇ ਪਲਾਨ ਮੁਤਾਬਕ ਉਹ ਤਕਰੀਬਨ 11 ਵਜੇ ਬਾਹਰ ਅੱਪੜ ਗਿਆ। ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ। ਜ਼ਿੰਦਗੀ ਵਿੱਚ ਸ਼ਾਇਦ ਪਹਿਲੀ ਵਾਰ ਕੁਝ ਇਦਾਂ ਦਾ ਕਰਨ ਜਾ ਰਹੀ ਸਾਂ। ਪਰਸ ਵਿੱਚ ਪਈ ਨਕਦੀ ਅਤੇ ਗਹਿਣਿਆਂ ਵਾਲੀ ਪੋਟਲੀ, ਦੋਵੇਂ ਚੀਜ਼ਾਂ ਇੱਕ ਵਾਰ ਫਿਰ ਚੰਗੀ ਤਰ੍ਹਾਂ ਵੇਖ ਲਈਆਂ। ਫਿਰ ਦੱਬੇ ਪੈਰੀਂ ਪਾਪਾ ਦੇ ਕਮਰੇ ਵਿੱਚ ਝਾਤੀ ਜੀ ਮਾਰੀ। ਉਹ ਅਜੇ ਵੀ ਬਲਬ ਦੀ ਮੱਧਮ ਰੋਸ਼ਨੀ ਥੱਲੇ ਫਾਈਲਾਂ ਦੇ ਵਿਸ਼ਾਲ ਸਮੁੰਦਰ ਵਿੱਚ ਡੁੱਬੇ ਹੋਏ ਸਨ। ਫਿਰ ਅਚਾਨਕ ਹੀ ਉਹਨਾਂ ਵੱਲੋਂ ਅਕਸਰ ਹੀ ਮਾਰੀਆਂ ਕਿੰਨੀਆਂ ਸਾਰੀਆਂ ਝਿੜਕਾਂ ਚੇਤੇ ਆ ਗਈਆਂ ਅਤੇ ਮੈਨੂੰ ਲੱਗਾ ਜੋ ਕਰਨ ਜਾ ਰਹੀ ਹਾਂ ਬਿਲਕੁਲ ਸਹੀ ਹੈ। ਮੁੜ ਵਾਪਸ ਪਰਤ ਹੌਲੀ ਜਿਹੀ ਕੁੰਡੀ ਖੋਲ ਬਾਹਰ ਨਿਕਲ ਗਈ। ਅੱਜ ਇੱਕ ਅਜੀਬ ਜਿਹੀ ਗੱਲ ਹੋਈ। ਅੱਗੇ ਵਾਂਗ ਉਸਨੇ ਅੱਜ ਮੇਰੇ ਮੱਥੇ ਨੂੰ ਨਹੀਂ ਚੁੰਮਿਆ ਅਤੇ ਨਾ ਹੀ ਮੈਨੂੰ ਗਲਵੱਕੜੀ ਹੀ ਪਾਈ। ਬਸ ਮੇਰੇ ਪਰਸ ਵੱਲ ਵੇਖਦੇ ਹੋਏ ਨੇ ਇੰਨਾ ਹੀ ਪੁੱਛਿਆ, ਕਿੰਨੇ ਨੇ? ਆਖਿਆ 30। ਨਾਰਾਜ਼ ਜੇ ਹੁੰਦੇ ਨੇ ਆਖਿਆ ਗੱਲ ਤਾਂ 50 ਦੀ ਹੋਈ ਸੀ। ਮੈਂ ਚੁੱਪ ਰਹੀ। ਫਿਰ ਉਸਨੇ ਅਚਾਨਕ ਮੋਟਰਸਾਈਕਲ ਦੇ ਬ੍ਰੇਕ ਮਾਰ ਲਈ ਅਤੇ ਮੇਰੇ ਹੱਥੋਂ ਮੇਰਾ ਪਰਸ ਫੜ ਲਿਆ। ਅੰਦਰ ਪਏ ਗਹਿਣੇ ਵੇਖ ਉਹ ਇੱਕ ਵਾਰ ਫਿਰ ਆਪੇ ਤੋਂ ਬਾਹਰ ਜਿਹਾ ਹੋ ਗਿਆ। ਆਖਣ ਲੱਗਾ, ਇਹ ਤਾਂ ਬਹੁਤ ਘੱਟ ਨੇ, ਮਸੀਂ 2-3 ਮਹੀਨੇ ਦੇ ਕਿਰਾਏ ਜੋਗੇ ਵੀ ਨਹੀਂ। ਮੈਂ ਅੱਗਿਓਂ ਇੱਕ ਵਾਰ ਫਿਰ ਚੁੱਪ ਰਹੀ। ਸਟੇਸ਼ਨ 'ਤੇ ਅੱਪੜ ਮੋਟਰਸਾਈਕਲ ਕਿਸੇ ਹਵਾਲੇ ਕਰ, ਉਸਨੇ ਮੈਨੂੰ ਬੈਂਚ 'ਤੇ ਬਿਠਾ ਦਿੱਤਾ। ਫਿਰ ਆਖਣ ਲੱਗਾ, 2000 ਚਾਹੀਦੇ ਨੇ ਟਿਕਟ ਵਾਸਤੇ। ਇਸ ਵਾਰ ਮੈਂ ਪਹਿਲੀ ਵਾਰ ਸ਼ਾਇਦ ਦਿਲ ਦੀ ਜਗ੍ਹਾ ਦਿਮਾਗ ਤੋਂ ਕੰਮ ਲਿਆ। ਅੱਗੋਂ ਝਟਪਟ ਹੀ ਆਖ ਦਿੱਤਾ, ਤੇਰੇ ਕੋਲ ਵੀ ਤਾਂ 50,000 ਹੋਣਾ ਚਾਹੀਦਾ, ਉਹਨਾਂ ਵਿੱਚ ਵਰਤ ਲੈ, ਬਾਕੀ ਹਿਸਾਬ ਤਾਂ ਬੰਬੇ ਪੁੱਜ ਕੇ ਕਰ ਲਵਾਂਗੇ। ਇਸ ਵਾਰ ਭਰਿਆ ਪੀਤਾ ਉਹ ਬਿਨਾਂ ਕੁਝ ਆਖੇ ਟਿਕਟ ਖਿੜਕੀ ਵੱਲ ਨੂੰ ਹੋ ਤੁਰਿਆ। ਉਸ ਦੇ ਜਾਣ ਮਗਰੋਂ ਹੁਣ ਮੇਰੇ ਦਿਮਾਗ ਨੇ ਮੇਰੇ ਦਿਲ ਦੀ ਰਫ਼ਤਾਰ ਨਾਲੋਂ ਵੀ ਜ਼ਿਆਦਾ ਤੇਜ਼ ਭੱਜਣਾ ਸ਼ੁਰੂ ਕਰ ਦਿੱਤਾ। ਨਿੱਕੇ ਹੁੰਦਿਆਂ ਆਪਣੇ ਕੰਧਾੜੇ ਚੁੱਕ ਕਿੰਨੀ ਕਿੰਨੀ ਵਾਟ ਤੁਰਿਆ ਜਾਂਦਾ ਮੇਰਾ ਪਾਪਾ ਜੀ ਚੇਤੇ ਆ ਗਿਆ। ਕੁਲਫੀਆਂ, ਦਿਵਾਲੀ ਵਾਲੇ ਪਟਾਖੇ, ਚੜ੍ਹੇ ਬੁਖਾਰ ਅਤੇ ਸਿਰ 'ਤੇ ਰੱਖੀਆਂ ਜਾਂਦੀਆਂ ਪੱਟੀਆਂ, ਉਸਦਾ ਪਾਟਾ ਹੋਇਆ ਕੋਟ ਪੈਂਟ, ਤੋਪੇ ਲੱਗੀ ਪੱਗ, ਟੁੱਟਾ ਹੋਇਆ ਸਾਈਕਲ ਅਤੇ ਹੋਰ ਵੀ ਕਿੰਨਾ ਕੁਝ ਅੱਖਾਂ ਅੱਗੇ ਘੁੰਮ ਗਿਆ। ਮਾਂ ਦੀ ਕੰਧ 'ਤੇ ਟੰਗੀ ਫੋਟੋ ਸੈਂਤਾ ਮਾਰ ਆਪਣੇ ਵੱਲ ਬੁਲਾਉਂਦੀ ਹੋਈ ਜਾਪਣ ਲੱਗੀ। ਗੂੜੀ ਨੀਂਦਰ ਸੁੱਤੀ ਛੱਡ ਕੇ ਆਈ ਨਿੱਕੀ ਭੈਣ ਦਾ ਮਾਸੂਮ ਜਿਹਾ ਚਿਹਰਾ ਅੱਖਾਂ ਮੂਹਰੇ ਘੁੰਮਣ ਲੱਗਾ। ਫਿਰ ਅਚਾਨਕ ਅੰਦਰ ਕਾਹਲੀ ਜਿਹੀ ਪਈ ਅਤੇ ਮੈਂ ਗੋਲੀ ਵਾਂਗ ਛੂਟ ਵੱਟ ਉਸੇ ਵੇਲੇ ਸਟੇਸ਼ਨ ਤੋਂ ਬਾਹਰ ਨਿਕਲ ਆਈ। ਆਟੋ ਫੜ ਅੱਧੀ ਰਾਤ ਕਰੇ ਅੱਪੜੀ। ਬੂਹਾ ਅਜੇ ਵੀ ਉਂਝਦਾ ਉਂਝ ਖੁੱਲ੍ਹਾ ਪਿਆ ਸੀ। ਦੱਬੇ ਪੈਰੀ ਅੰਦਰ ਵੜਨ ਲੱਗੀ ਤਾਂ ਅੱਗੇ ਕੁਰਸੀ ਡਾਹ ਕੇ ਬੈਠਾ ਪਾਪਾ ਜੀ ਦਿਸ ਪਿਆ। ਮੈਨੂੰ ਵੇਖ ਲੰਮਾ ਸਾਰਾ ਸਾਹ ਲਿਆ, ਫਿਰ ਛੇਤੀ ਨਾਲ ਕੁਰਸੀ ਤੋਂ ਉੱਠ ਇੰਨੀ ਗੱਲ ਆਖ ਆਪਣੀ ਗਲਵੱਕੜੀ ਵਿੱਚ ਲੈ ਲਿਆ। ਮੈਨੂੰ ਯਕੀਨ ਸੀ ਕਿ ਤੂੰ ਵਾਪਸ ਪਰਤ ਕੇ ਜ਼ਰੂਰ ਆਵੇਂਗੀ। ਅੱਜ ਵਾਲੀ ਇਹ ਗਲਵੱਕੜੀ ਮੈਨੂੰ ਹੁਣ ਤੱਕ ਪਾਈਆਂ ਗਈਆਂ ਕਿੰਨੀਆਂ ਸਾਰੀਆਂ ਨਾਲੋਂ ਕਿਤੇ ਵੱਧ ਨਿੱਘੀ ਜਾਪੀ। ਤੁਹਾਨੂੰ ਸਾਡਾ ਇਹ ਉਪਰਾਲਾ ਕਿੱਦਾਂ ਲੱਗਾ? ਲਾਈਕ, ਕਮੈਂਟ ਅਤੇ ਸ਼ੇਅਰ ਕਰਕੇ ਜ਼ਰੂਰ ਦੱਸੋ।